ਮੁੱਖ ਮੰਤਰੀ ਦੇ ਸਾਹਿਬ ਦੇ ਹੁਕਮ ਹੋਣ, ਸਬ ਕਮੇਟੀ ਦੇ ਹੁਕਮ ਹੋਣ ਕਿ ਦਫ਼ਤਰੀ ਕਰਮਚਾਰੀ ਅਤੇ ਵਿਸ਼ੇਸ਼ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ, ਪਰ ਬੜੇ ਅਫਸੋਸ ਦੀ ਗੱਲ ਹੈ ਜਿਹੜੀ ਸਾਡੀ ਅਫਸਰਸ਼ਾਹੀ ਹੈ ਉਹ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਨਹੀਂ ਜਾਣ ਰਹੀ। ਪਾਸੇ ਮੁੱਖ ਮੰਤਰੀ ਕਹਿ ਰਹੇ ਨੇ ਸਰਕਾਰ ਤੁਹਾਡੇ ਦੁਆਰ, ਅਸੀਂ ਇਹਨਾਂ ਦੇ ਦੁਆਰ ਆਏ ਹਾਂ, ਪਰ ਬੜੇ ਅਫਸੋਸ ਦੀ ਗੱਲ ਹੈ ਜਿਹੜੀ ਅਫਸਰਸ਼ਾਹੀ ਹੈ ਉਹ ਸਾਡੇ ਨਾਲ ਗੱਲ ਕਰਨ ਤੋਂ ਵੀ ਕੰਨੀ ਕਤਰਾ ਰਹੀ ਹੈ। ਸਾਡੀ ਕੋਈ ਇੱਕ ਮੇਨ ਮੰਗ ਹੈ ਕਿ ਸਾਨੂੰ ਪ੍ਰੋਪਰ ਸੀਆਸਾ ਰੂਲ ਮੁਤਾਬਕ ਅਸੀਂ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਅਤੇ ਵਿਸ਼ੇਸ਼ ਅਧਿਆਪਕ ਯੂਨੀਅਨ ਤੋਂ ਅਸੀਂ ਪਿਛਲੇ 10 ਤੋਂ 15 ਸਾਲਾਂ ਸਿੱਖਿਆ ਵਿਭਾਗ ਦੇ ਦਫ਼ਤਰਾਂ ਵਿੱਚ ਕੰਮ ਕਰ ਰਹੇ ਹਾਂ, ਪਰ ਬੜੇ ਅਫਸੋਸ ਦੀ ਗੱਲ ਹੈ ਮੁੱਖ ਮੰਤਰੀ ਦੇ ਸਾਹਿਬ ਦੇ ਹੁਕਮ ਹੋਣ, ਸਬ ਕਮੇਟੀ ਦੇ ਹੁਕਮ ਹੋਣ ਕਿ ਦਫ਼ਤਰੀ ਕਰਮਚਾਰੀ ਅਤੇ ਵਿਸ਼ੇਸ਼ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ, ਪਰ ਬੜੇ ਅਫਸੋਸ ਦੀ ਗੱਲ ਹੈ ਜਿਹੜੀ ਸਾਡੀ ਅਫਸਰਸ਼ਾਹੀ ਹੈ ਉਹ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਨਹੀਂ ਜਾਣ ਰਹੀ। ਇਸੇ ਰੋਸ ਵਜੋਂ ਅਸੀਂ ਸਮੂਹ ਦਫ਼ਤਰੀ ਕਰਮਚਾਰੀ ਅਤੇ ਵਿਸ਼ੇਸ਼ ਅਧਿਆਪਕ ਇੱਥੇ ਇਕੱਠੇ ਹੋਏ ਹਾਂ ਅਤੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਇੱਕ ਪਾਸੇ ਮੁੱਖ ਮੰਤਰੀ ਕਹਿ ਰਹੇ ਨੇ ਸਰਕਾਰ ਤੁਹਾਡੇ ਦੁਆਰ, ਅਸੀਂ ਇਹਨਾਂ ਦੇ ਦੁਆਰ ਆਏ ਹਾਂ, ਪਰ ਬੜੇ ਅਫਸੋਸ ਦੀ ਗੱਲ ਹੈ ਜਿਹੜੀ ਅਫਸਰਸ਼ਾਹੀ ਹੈ ਉਹ ਸਾਡੇ ਨਾਲ ਗੱਲ ਕਰਨ ਤੋਂ ਵੀ ਕੰਨੀ ਕਤਰਾ ਰਹੀ ਹੈ। ਸਾਡੀ ਕੋਈ ਇੱਕ ਮੇਨ ਮੰਗ ਹੈ ਕਿ ਸਾਨੂੰ ਪ੍ਰੋਪਰ ਸੀਆਸਾ ਰੂਲ ਮੁਤਾਬਕ ਪੱਕਾ ਕੀਤਾ ਜਾਵੇ ਅਤੇ ਜਿਹੜੇ ਸਾਥੀਆਂ ਦੀ ਤਨਖਾਹ ਕਟੌਤੀ ਹੋਈ ਹੈ ਉਹ ਤਨਖਾਹ ਅਨੋਮਲੀ ਦੂਰ ਕਰਕੇ ਪੱਕੇ ਕੀਤਾ ਜਾਵੇ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਬ ਕਮੇਟੀ ਦੇ ਨਾਲ ਸਾਡੀ ਅੱਜ ਮੀਟਿੰਗ ਹੈ, ਬਟ ਹਾਲੇ ਤੱਕ ਵੀ ਮੀਟਿੰਗ ਦੇ ਵਿੱਚ ਕੋਈ ਪ੍ਰੋਪਰ ਹੱਲ ਨਹੀਂ ਨਿਕਲ ਰਿਹਾ। ਅਸੀਂ ਸਿੱਧੀ ਚੇਤਾਵਨੀ ਦਿੰਦੇ ਹਾਂ ਸਰਕਾਰ ਨੂੰ ਕਿ ਆਉਣ ਵਾਲੀ ਸਮੇਂ ਚੋਣਾਂ 'ਚ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ, ਜਦੋਂ ਜਿਮਨੀ ਚੋਣਾਂ 'ਚ ਭਗਵੰਤ ਮਾਨ ਸਾਹਿਬ ਤੁਸੀਂ ਸਾਨੂੰ 7 ਵਾਰੀ ਜਲੰਧਰ ਵਿੱਚ ਮਿਲੇ ਸੀ ਕਿ ਤੁਹਾਡਾ ਕੰਮ ਤਾਂ ਹੋਇਆ ਪਿਆ ਵਿਆ, ਹੁਣ ਦੱਸੋ ਸਾਡਾ ਕੰਮ ਕਿੱਥੇ ਹੈ? ਜਿਮਨੀ ਚੋਣਾਂ ਨੂੰ ਵੀ ਸਾਲ ਬੀਤ ਗਿਆ ਹੈ ਅਤੇ ਆਉਣ ਵਾਲੀ MP ਇਲੈਕਸ਼ਨ ਹੈ, ਕਿਤੇ ਇਹ ਨਾ ਹੋਵੇ ਕਿ ਤੁਸੀਂ ਅੱਗੇ ਅੱਗੇ ਹੋਵੋ ਅਤੇ ਪੂਰੇ ਮੁਲਾਜ਼ਮ ਸਾਰੇ ਤੁਹਾਡੇ ਪਿੱਛੇ ਪਿੱਛੇ ਹੋਣ ਕਿ ਭਗਵੰਤ ਮਾਨ ਸਾਹਿਬ ਤੁਹਾਡਾ ਹਰਾ ਪੈਂਦਾ ਚੱਲਿਆ, ਪਰ ਤੁਹਾਡੀ ਅਫਸਰਸ਼ਾਹੀ ਤੁਹਾਡੇ ਹੁਕਮਾਂ ਨੂੰ ਟਿੱਚ ਨਹੀਂ ਜਾਣ ਰਹੀ। ਸਾਡੀ ਇੱਕੋ ਇੱਕ ਚੇਤਾਵਨੀ ਹੈ ਕਿ ਸਾਨੂੰ ਜਿਹੜਾ ਪਹਿਲ ਅਧਾਰ 'ਤੇ ਪ੍ਰੋਪਰ ਸੀਆਸਾ ਰੂਲ ਤੱਕ ਪੱਕਾ ਕੀਤਾ ਜਾਵੇ, ਦੂਸਰਾ ਜਿਹੜੀ ਤਨਖਾਹ ਨੋਮਲੀ ਹੈ ਸਾਡੀ ਦੂਰ ਕੀਤੀ ਜਾਵੇ, ਨਹੀਂ ਤਾਂ ਆਉਣ ਵਾਲੀਆਂ ਚੋਣਾਂ 'ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੁੱਖ ਮੰਤਰੀ ਦੇ ਸਾਹਿਬ ਦੇ ਹੁਕਮ ਹੋਣ, ਸਬ ਕਮੇਟੀ ਦੇ ਹੁਕਮ ਹੋਣ ਕਿ ਦਫ਼ਤਰੀ ਕਰਮਚਾਰੀ ਅਤੇ ਵਿਸ਼ੇਸ਼ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ, ਪਰ ਬੜੇ ਅਫਸੋਸ ਦੀ ਗੱਲ ਹੈ ਜਿਹੜੀ ਸਾਡੀ ਅਫਸਰਸ਼ਾਹੀ ਹੈ ਉਹ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਨਹੀਂ ਜਾਣ ਰਹੀ। ਪਾਸੇ ਮੁੱਖ ਮੰਤਰੀ ਕਹਿ ਰਹੇ ਨੇ ਸਰਕਾਰ ਤੁਹਾਡੇ ਦੁਆਰ, ਅਸੀਂ ਇਹਨਾਂ ਦੇ ਦੁਆਰ ਆਏ ਹਾਂ, ਪਰ ਬੜੇ ਅਫਸੋਸ ਦੀ ਗੱਲ ਹੈ ਜਿਹੜੀ ਅਫਸਰਸ਼ਾਹੀ ਹੈ ਉਹ ਸਾਡੇ ਨਾਲ ਗੱਲ ਕਰਨ ਤੋਂ ਵੀ ਕੰਨੀ ਕਤਰਾ ਰਹੀ ਹੈ। ਸਾਡੀ ਕੋਈ ਇੱਕ ਮੇਨ ਮੰਗ ਹੈ ਕਿ ਸਾਨੂੰ ਪ੍ਰੋਪਰ ਸੀਆਸਾ ਰੂਲ ਮੁਤਾਬਕ ਅਸੀਂ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਅਤੇ ਵਿਸ਼ੇਸ਼ ਅਧਿਆਪਕ ਯੂਨੀਅਨ ਤੋਂ ਅਸੀਂ ਪਿਛਲੇ 10 ਤੋਂ 15 ਸਾਲਾਂ ਸਿੱਖਿਆ ਵਿਭਾਗ ਦੇ ਦਫ਼ਤਰਾਂ ਵਿੱਚ ਕੰਮ ਕਰ ਰਹੇ ਹਾਂ, ਪਰ ਬੜੇ ਅਫਸੋਸ ਦੀ ਗੱਲ ਹੈ ਮੁੱਖ ਮੰਤਰੀ ਦੇ ਸਾਹਿਬ ਦੇ ਹੁਕਮ ਹੋਣ, ਸਬ ਕਮੇਟੀ ਦੇ ਹੁਕਮ ਹੋਣ ਕਿ ਦਫ਼ਤਰੀ ਕਰਮਚਾਰੀ ਅਤੇ ਵਿਸ਼ੇਸ਼ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ, ਪਰ ਬੜੇ ਅਫਸੋਸ ਦੀ ਗੱਲ ਹੈ ਜਿਹੜੀ ਸਾਡੀ ਅਫਸਰਸ਼ਾਹੀ ਹੈ ਉਹ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਨਹੀਂ ਜਾਣ ਰਹੀ। ਇਸੇ ਰੋਸ ਵਜੋਂ ਅਸੀਂ ਸਮੂਹ ਦਫ਼ਤਰੀ ਕਰਮਚਾਰੀ ਅਤੇ ਵਿਸ਼ੇਸ਼ ਅਧਿਆਪਕ ਇੱਥੇ ਇਕੱਠੇ ਹੋਏ ਹਾਂ ਅਤੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਇੱਕ ਪਾਸੇ ਮੁੱਖ ਮੰਤਰੀ ਕਹਿ ਰਹੇ ਨੇ ਸਰਕਾਰ ਤੁਹਾਡੇ ਦੁਆਰ, ਅਸੀਂ ਇਹਨਾਂ ਦੇ ਦੁਆਰ ਆਏ ਹਾਂ, ਪਰ ਬੜੇ ਅਫਸੋਸ ਦੀ ਗੱਲ ਹੈ ਜਿਹੜੀ ਅਫਸਰਸ਼ਾਹੀ ਹੈ ਉਹ ਸਾਡੇ ਨਾਲ ਗੱਲ ਕਰਨ ਤੋਂ ਵੀ ਕੰਨੀ ਕਤਰਾ ਰਹੀ ਹੈ। ਸਾਡੀ ਕੋਈ ਇੱਕ ਮੇਨ ਮੰਗ ਹੈ ਕਿ ਸਾਨੂੰ ਪ੍ਰੋਪਰ ਸੀਆਸਾ ਰੂਲ ਮੁਤਾਬਕ ਪੱਕਾ ਕੀਤਾ ਜਾਵੇ ਅਤੇ ਜਿਹੜੇ ਸਾਥੀਆਂ ਦੀ ਤਨਖਾਹ ਕਟੌਤੀ ਹੋਈ ਹੈ ਉਹ ਤਨਖਾਹ ਅਨੋਮਲੀ ਦੂਰ ਕਰਕੇ ਪੱਕੇ ਕੀਤਾ ਜਾਵੇ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਬ ਕਮੇਟੀ ਦੇ ਨਾਲ ਸਾਡੀ ਅੱਜ ਮੀਟਿੰਗ ਹੈ, ਬਟ ਹਾਲੇ ਤੱਕ ਵੀ ਮੀਟਿੰਗ ਦੇ ਵਿੱਚ ਕੋਈ ਪ੍ਰੋਪਰ ਹੱਲ ਨਹੀਂ ਨਿਕਲ ਰਿਹਾ। ਅਸੀਂ ਸਿੱਧੀ ਚੇਤਾਵਨੀ ਦਿੰਦੇ ਹਾਂ ਸਰਕਾਰ ਨੂੰ ਕਿ ਆਉਣ ਵਾਲੀ ਸਮੇਂ ਚੋਣਾਂ 'ਚ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ, ਜਦੋਂ ਜਿਮਨੀ ਚੋਣਾਂ 'ਚ ਭਗਵੰਤ ਮਾਨ ਸਾਹਿਬ ਤੁਸੀਂ ਸਾਨੂੰ 7 ਵਾਰੀ ਜਲੰਧਰ ਵਿੱਚ ਮਿਲੇ ਸੀ ਕਿ ਤੁਹਾਡਾ ਕੰਮ ਤਾਂ ਹੋਇਆ ਪਿਆ ਵਿਆ, ਹੁਣ ਦੱਸੋ ਸਾਡਾ ਕੰਮ ਕਿੱਥੇ ਹੈ? ਜਿਮਨੀ ਚੋਣਾਂ ਨੂੰ ਵੀ ਸਾਲ ਬੀਤ ਗਿਆ ਹੈ ਅਤੇ ਆਉਣ ਵਾਲੀ MP ਇਲੈਕਸ਼ਨ ਹੈ,
ਕਿਤੇ ਇਹ ਨਾ ਹੋਵੇ ਕਿ ਤੁਸੀਂ ਅੱਗੇ ਅੱਗੇ ਹੋਵੋ ਅਤੇ ਪੂਰੇ ਮੁਲਾਜ਼ਮ ਸਾਰੇ ਤੁਹਾਡੇ ਪਿੱਛੇ ਪਿੱਛੇ ਹੋਣ ਕਿ ਭਗਵੰਤ ਮਾਨ ਸਾਹਿਬ ਤੁਹਾਡਾ ਹਰਾ ਪੈਂਦ ਚੱਲਿਆ ਪਰ ਤੁਹਾਡੀ ਅਫਸਰਸ਼ਾਹੀ ਤੁਹਾਡੇ ਹੁਕਮਾਂ ਨੂੰ ਟਿੱਚ ਨਹੀਂ ਜਾਣ ਰਹੀ। ਸਾਡੀ ਇੱਕੋ ਇੱਕ ਚੇਤਾਵਨੀ ਹੈ ਕਿ ਸਾਨੂੰ ਜਿਹੜਾ ਪਹਿਲੇ ਆਧਾਰ 'ਤੇ ਪ੍ਰੋਪਰ ਸੀਆਸਰ ਰੂਲ ਤੱਕ ਪੱਕਾ ਕੀਤਾ ਜਾਵੇ, ਦੂਸਰਾ ਜਿਹੜੀ ਤਨਖਾਹ ਅਨੋਮਲੀ ਸਾਡੀ ਦੂਰ ਕੀਤੀ ਜਾਵੇ, ਨਹੀਂ ਤਾਂ ਆਉਣ ਵਾਲੀਆਂ ਚੋਣਾਂ 'ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।